ਸਤਿ ਸ਼੍ਰੀ ਅਕਾਲ ਦੋਸਤੋ, ਉਮੀਦ ਆ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਮੇਰੇ ਚੈਨਲ ਬਲਜੀਤ ਸਿੰਘ 'ਤੇ ਤੁਹਾਡਾ ਬਹੁਤ ਬਹੁਤ ਸਵਾਗਤ ਆ। ਅੱਜ ਜਿਹੜਾ ਮੌਸਮ ਆ ਬਹੁਤ ਹੀ ਵਧੀਆ ਅਤੇ ਬੱਦਲ ਛਾਏ ਹੋਏ ਆ, ਬਾਰਿਸ਼ ਵਾਲਾ ਮੌਸਮ ਬਣਿਆ ਹੋਇਆ ਵਾ, ਤੁਸੀਂ ਵੇਖ ਸਕਦੇ ਜੀ। ਅੱਜ ਬਾਰਿਸ਼ ਦੇ ਨਾਲ ਸਾਰਾ ਵਿਹੜਾ ਜਿਹੜਾ ਗਿੱਲਾ ਹੋ ਗਿਆ, ਗੁਰਦੁਆਰਾ ਸਾਹਿਬ ਵੀ ਸਭ ਬਾਰਿਸ਼ ਦੇ ਨਾਲ ਧੋਤਾ ਗਿਆ। ਵਧੀਆ ਨਿੱਕੀਆਂ ਨਿੱਕੀਆਂ ਕਣੀਆਂ ਪੈ ਰਹੀਆਂ, ਤੇਜ਼ ਮੀਂਹ ਪੈ ਕੇ ਹਟ ਗਿਆ, ਥੋੜ੍ਹਾ ਸਲੋ ਹੋ ਗਿਆ ਜੀ। ਮੱਝ ਜਿਹੜੀ ਸਾਡੀ ਨਹਾ ਰਹੀ ਹੈ ਮੀਂਹ ਦੇ ਵਿੱਚ, ਪੰਛੀ ਵੀ ਜਿਹੜੇ ਬੈਠੇ ਹੋਏ ਮੀਂਹ ਦਾ ਨਜ਼ਾਰਾ ਲੈਣ ਡਿਆ ਪੂਰਾ। ਵੇਖੋ ਵੇਖ, ਬਹੁਤਾ ਹੀ ਵਧੀਆ ਨਜ਼ਾਰਾ ਜਿਹੜਾ ਮੀਂਹ ਦੇ ਨਾਲ ਬਣ ਗਿਆ। ਘੇਰੇ ਪਾਸੇ ਧੁੰਦ ਛਾ ਗਈ, ਧੁੰਦ ਨਿੱਕੀ ਨਿੱਕੀ, ਅਤੇ ਵਧੀਆ ਮਤਲਬ ਮੀਂਹ ਵਾਲਾ ਜਿਹੜਾ ਨਜ਼ਾਰਾ ਵਾ ਬਹੁਤ। ਅਸੀਂ ਘਰੋਂ ਘੜੀ ਵੜ ਕੇ ਬੈਠੇ ਹਾਂ, ਸਾਰੇ ਬੰਨੇ ਮਾਹੌਲ ਹੈ ਸ਼ਾਂਤ ਹੋਇਆ ਪਿਆ ਮੀਂਹ ਦੇ ਨਾਲ। ਜਿੱਦਾਂ ਆਪਾਂ ਜਾਣਦੇ ਹਾਂ ਆਪਣੇ ਇੰਡੀਆ ਦੇ ਵਿੱਚ ਲੋਕਡਾਊਨ ਹੋਇਆ ਵਾ, ਅਤੇ ਥੋੜ੍ਹਾ ਬਹੁਤ ਕੋਈ ਬਾਹਰ ਜਿਹੜਾ ਕੋਈ ਨਿਕਲਦਾ ਵੀ ਉਹ ਵੀ ਹੋਣਾ ਇਸ ਟਾਈਮ। ਮੀਂਹ ਦੇ ਮੌਸਮ ਦੇ ਵਿੱਚ ਬਾਹਰ ਨਿਕਲਣਾ ਬਹੁਤ ਔਖਾ ਹੋ ਗਿਆ, ਨਿਕਲ ਨਹੀਂ ਸਕਦਾ ਕੋਈ ਵੀ ਬਾਹਰ, ਕਿਉਂਕਿ ਸੁੱਕਾ ਜਦੋਂ ਸੜਕਾਂ ਸੁੱਕੀਆਂ ਹੋਣ ਸਾਰੇ ਬੰਨੇ ਸੁੱਕਾ ਵੀ, ਉਦੋਂ ਤਾਂ ਕਿਤੇ ਨਾ ਕਿਤੇ ਜਾ ਹੀ ਸਕਦੇ ਆਪਾਂ, ਪਰ ਇਹੋ ਜਿਹੇ ਮੌਸਮ 'ਚ ਬਹੁਤ ਔਖਾ ਹੋ ਜਾਂਦਾ ਵਾ। ਖਾਸ ਕਰਕੇ ਜਿੱਦਾਂ ਮੋਟਰਸਾਈਕਲ 'ਤੇ ਜਦੋਂ ਜਾਣਾ ਹੋਵੇ ਉਹਨਾਂ ਵਾਸਤੇ ਤਾਂ ਜ਼ਿਆਦਾ ਹੀ ਔਖਾ ਹੋ ਜਾਂਦਾ। ਪਣਾਲੇ ਕਿਉਂ ਸ਼ੁਰੂ ਹੋ ਗਏ ਆ, ਇੰਨਾ ਵੀ ਮੀਂਹ ਪੈਣ ਲੱਗ ਗਿਆ, ਦੇਖ ਸਕਦੇ ਪਣਾਲਿਆਂ ਦਾ ਵਗਣਾ ਸ਼ੁਰੂ ਹੋ ਗਿਆ ਮੀਂਹ ਨਾਲ। ਅੱਗੇ ਹੀ ਬਹੁਤ ਪਏ ਆ ਅਤੇ ਗਰਮੀ ਤਾਂ ਮੈਨੂੰ ਲੱਗਦਾ ਐਤਕੀ ਆਉਣੀ ਨਹੀਂ। ਤੁਸੀਂ ਆਵਾਜ਼ ਸੁਣ ਸਕਦੇ ਜੇ ਜਾਨਵਰ ਕਿੱਦਾਂ ਮਤਲਬ ਬੋਲ ਰਹੇ ਆ, ਇਹ ਹੋਰ ਮੀਂਹ ਮੰਗਣ ਡਿਆ ਜਾਨਵਰ। ਪਤਾ ਨਹੀਂ ਹੁਣ ਇਹ ਕਿਹੜਾ ਜਾਨਵਰ ਹੁੰਦਾ ਹੈ, ਨਾ ਤਾਂ ਮੈਨੂੰ ਨਹੀਂ ਪਤਾ, ਪਰ ਉਹ ਪੂਰਾ ਆਪਦੀ ਵਾਹ ਲਾਉਣ ਡਿਆ ਕਿ ਰੱਬਾ ਹੋਰ ਮੀਂਹ ਸੁੱਟ। ਮੀਂਹ ਦਾ ਮੌਸਮ ਹੈ ਅੱਜ ਬਹੁਤ ਵਧੀਆ ਮੌਸਮ, ਬੱਦਲ ਛਾਏ ਆ, ਨਿੱਕਾ ਨਿੱਕਾ ਮੀਂਹ ਪਈ ਜਾਣ ਡਿਆ ਸਵੇਰ ਦਾ, ਅਤੇ ਮੀਂਹ ਪੈਂਦਾ ਹੋਵੇ ਅਤੇ ਪਿੰਡ ਦੀ ਲਾਈਫ ਹੋਵੇ ਅਤੇ ਪਕੌੜੇ ਨਾ ਬਣਨ, ਇਹ ਗੱਲ ਤਾਂ ਮਾੜੀ ਆ। ਅੱਜ ਪਕੌੜਿਆਂ ਨੂੰ ਬੜਾ ਜੀ ਕਰਦਾ ਹੈ, ਵੇਹਨੇ ਆ ਘਰਦਿਆਂ ਨੂੰ ਰਿਕੁਐਸਟ ਕਰਕੇ ਕੀ ਗੱਲ ਬਣਦੀ ਆ, ਆ ਜਾਓ ਫਿਰ। ਪਕੌੜੇ ਖਾਣ ਬਾਰੇ ਅੱਜ ਸੋਚਿਆ ਸੀ ਅਤੇ ਗੱਲ ਬਣ ਗਈ ਹੈ ਲੱਗਦਾ, ਆਪਣੀ ਰੱਬ ਨੇ ਅਰਦਾਸ ਸੁਣ ਲਈ ਆ। ਅੱਜ ਆਪਾਂ ਕੱਢਾਂਗੇ ਆਲੂ ਅਤੇ ਗੰਢਿਆਂ ਦੇ ਪਕੌੜੇ, ਅਤੇ ਜਿਹੜੀ ਰੈਸਪੀ ਆ ਅੱਜ ਆਪਾਂ ਤਿਆਰ ਕਰਾਂਗੇ, ਅਤੇ ਜਿਹੜੀਆਂ ਚੀਜ਼ਾਂ ਵਾ ਕੱਟ ਕੇ ਪਹਿਲਾਂ ਹੀ ਰੱਖ ਲਈਆਂ ਵਾ, ਆਲੂ ਆ, ਇਹ ਬੇਸਣ, ਦਹੀਂ, ਧਨੀਆ, ਇਹ ਗੰਢੇ ਆ ਜੀ, ਸਹਿਜੇ ਸਹਿਜੇ ਸਾਰੀਆਂ ਚੀਜ਼ਾਂ ਲਾਗੇ ਲਾਗੇ ਕਰ ਲਈਆਂ ਆਪਾਂ। ਲਾਲ ਮਿਰਚ, ਮਸਾਲਾ, ਨਮਕ, ਕਾਲੀ ਮਿਰਚ ਅਤੇ ਅਜਵਾਇਣ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਆਪਾਂ ਸਵਾਦ ਅਨੁਸਾਰ ਜਿੰਨੀ ਕੁ ਚੀਜ਼ ਬਣਾਉਣੀ ਉਹਦੇ ਸਵਾਦ ਦੇ ਅਨੁਸਾਰ ਆਪਾਂ ਵਰਤ ਲੈਣੀ ਹੈ ਚੀਜ਼। ਅਤੇ ਤੇਲ ਆ ਜਿਹੜਾ ਉਹ ਵੀ ਆਪਾਂ ਪਾ ਕੇ ਕੜਾਹੀ ਦੇ ਵਿੱਚ ਧਰ ਦਿੱਤਾ ਹੈ ਤੱਤਾ ਹੋਣ ਵਾਸਤੇ, ਇਹ ਜਿੰਨਾ ਚਿਰ ਨੂੰ ਆਪਾਂ ਸਾਰਾ ਮਿਕਸ ਕਰਾਂਗੇ ਉਹਨਾਂ ਚਿਰ ਨੂੰ ਉਹ ਤੱਤਾ ਹੋ ਜੂਗਾ, ਅਤੇ ਜਿਹੜੀ ਆਪਾਂ ਨੂੰ ਥੋੜ੍ਹੀ ਜਿਹੀ ਜਲਦੀ ਹੋ ਜੂਗੀ, ਅਤੇ ਮੂੰਹ ਦੇ ਵਿੱਚ ਪਾਣੀ ਬਹੁਤ ਆਉਣ ਡਿਆ ਵਾ। ਹੁਣ ਅਸੀਂ ਆਲੂ ਜਿਹੜੇ ਮਿਕਸ ਕਰਨ ਲੱਗੇ ਹਾਂ, ਅਤੇ ਆਲੂ ਪਾਣੀ ਦੇ ਵਿੱਚ ਡੁਬੋ ਕੇ ਰੱਖਦੇ ਤਾਂ ਕਿ ਇਹਨਾਂ ਦਾ ਕਲਰ ਨਾ ਚੇਂਜ ਹੋਵੇ, ਹੁਣ ਆਪਾਂ ਆਹ ਸਕਲੇ ਦੇ ਵਿੱਚ ਪਾਵਾਂਗੇ ਵੱਖਰੇ। ਸਹਿਜੇ ਸਹਿਜੇ ਆਪਾਂ ਆਪਣਾ ਖਾਣ ਪੀਣ ਦਾ ਜੁਗਾੜ ਬਣਾ ਹੀ ਲੈਣਾ, ਜਿੰਨੀ ਕੁ ਲੋੜ ਅਨੁਸਾਰ ਕੋਈ ਵੱਧ ਆਲੂ ਗੰਢੇ ਵੱਧ ਵੀ ਬਣਾ ਸਕਦਾ, ਚੀਰ ਸਕਦਾ ਵਾ, ਘੱਟ ਵੀ ਚੀਰ ਸਕਦਾ ਵਾ, ਜਿੰਨੇ ਕੁ ਜੀ ਆਪਣੇ ਘਰ 'ਚ ਉਹਦੇ ਹਿਸਾਬ ਦੇ ਨਾਲ। ਆਲੂ ਵਿੱਚ ਪਾ ਕੇ ਹੁਣ ਗੰਢੇ ਮਿਕਸ ਕਰੀਏ ਆਪਾਂ। ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਦਹੀਂ, ਦਹੀਂ ਦੇ ਨਾਲ ਇਹਦਾ ਜਿਹੜਾ ਟੇਸਟ ਵਧੀਆ ਆਜੂਗਾ, ਕ੍ਰਿਸਪੀ ਹੋ ਜਾਣਗੇ ਪਕੌੜੇ। ਦਹੀਂ ਪਾ ਕੇ ਹੁਣ ਵਾਰੀ ਆ ਗਈ ਆ ਧਨੀਏ ਸਾਹਿਬ ਦੀ, ਧਨੀਆ ਪਾਵਾਂਗੇ। ਇਹ ਪੂਰੇ ਪਕੌੜੇ ਬਣਾਉਣੇ ਜਿਹੜਾ ਖਾਣ ਦਾ ਅਜੇ ਨਜ਼ਾਰਾ, ਰੀਝਾਂ ਨਾਲ ਕੰਮ ਕਰਾਂਗੇ ਆਪਾਂ ਵਧੀਆ।
ਇਸ ਤੋਂ ਬਾਅਦ ਜਿਹੜਾ ਹੁਣ ਆਪਾਂ ਦੋਸਤੋ ਪਾਵਾਂਗੇ ਇਹਦੇ 'ਚ ਪਾਊਡਰ ਮਸਾਲੇ। ਪਾਊਡਰ ਮਸਾਲੇ ਇਹ ਆ ਅਜਵਾਇਣ। ਇਹ ਚੀਜ਼ਾਂ ਆਪਾਂ ਜਿਹੜੀਆਂ ਸਵਾਦ ਅਨੁਸਾਰ ਪਾਉਣੀਆਂ ਵਾ। ਲਾਲ ਮਿਰਚ ਪਾਊਡਰ ਜਿੰਨੀ ਜਿੰਨੀ ਕਿ ਆਪਾਂ ਨੂੰ ਲੋੜ ਆ। ਇਹ ਮਸਾਲਾ ਗਰਮ ਮਸਾਲਾ ਜੀ, ਸਾਰਾ ਚੀਜ਼ਾਂ ਸਵਾਦ ਅਨੁਸਾਰ ਪਾਉਣੀਆਂ ਵਾ। ਇੱਕ ਚਮਚ ਆਪਾਂ ਵਿੱਚ ਨਮਕ ਦਾ ਪਾ ਲੈਂਦੇ ਹਾਂ। ਇਹ ਟੇਸਟ ਵਧਾਇਆ ਘਟਾਇਆ ਵੀ ਜਾ ਸਕਦਾ ਵਾ। ਇਹ ਆ ਕਾਲੀ ਮਿਰਚ ਪਾਊਡਰ, ਇਹ ਆਪਦੀ ਮਰਜ਼ੀ ਦੇ ਨਾਲ ਜਿੰਨੀ ਮਰਜ਼ੀ ਆਪਾਂ ਜਿਹੜਾ ਪਾ ਸਕਦੇ ਹਾਂ। ਅਤੇ ਹੁਣ ਆਪਾਂ ਇਹਨਾਂ ਨੂੰ ਕਰਾਂਗੇ ਮਿਕਸ। ਹੁਣ ਆਪਾਂ ਪਾਵਾਂਗੇ ਇਹਦੇ ਵਿੱਚ ਬੇਸਣ, ਚੀਜ਼ਾਂ ਸਾਰੀਆਂ ਆਪਾਂ ਬਾਕੀ ਆਲੂ ਗੰਢੇ ਸਭ ਪਾਊਡਰ ਮਸਾਲੇ ਪਾ ਲਏ ਆ। ਉਹ ਤੋਂ ਬਾਅਦ ਹੁਣ ਆਪਾਂ ਇਹਦੇ ਵਿੱਚ ਸੁੱਟਾਂਗੇ ਬੇਸਣ। ਬੇਸਣ ਆਪਾਂ ਜ਼ਿਆਦਾ ਨਹੀਂ ਪਾਉਣਾ, ਥੋੜ੍ਹਾ ਹੀ ਪਾਉਣਾ ਜਿਹਦੇ ਨਾਲ ਕਿ ਥੋੜ੍ਹੀ ਜਿਹੀ ਪਕੜ ਜਿਹੀ ਬਣੀ ਰਹੇ ਪਕੌੜਿਆਂ ਦੀ। ਜ਼ਿਆਦਾ ਬੇਸਣ ਨਹੀਂ ਚੰਗਾ ਲੱਗਦਾ। ਅਤੇ ਹੁਣ ਆਪਾਂ ਇਹਨੂੰ ਕਰਾਂਗੇ ਮਿਕਸ। ਅਤੇ ਵਾਟਰ ਥੋੜ੍ਹਾ ਜਿਹਾ ਆਪਾਂ ਲੋੜ ਅਨੁਸਾਰ ਪਾ ਸਕਦੇ ਹਾਂ, ਜਿਹਦੇ ਨਾਲ ਮਾੜਾ ਜਿਹਾ ਗਲ ਜੀ ਬਣ ਜੇ। ਇਸ ਤਰੀਕੇ ਨਾਲ ਆਪਾਂ ਇਹਨੂੰ ਪੂਰਾ ਮਿਕਸ ਕਰ ਲੈਣਾ ਵਾ। ਮਿਕਸ ਐਂ ਚੰਗੀ ਤਰ੍ਹਾਂ ਕਰ ਲੈਣਾ ਕਿ ਜਿਹੜਾ ਬੇਸਣ ਬੂਸਣ ਸਾਰੇ ਜਿਹੜੇ ਪਾਊਡਰ ਆ ਮਸਾਲੇ ਐਂ ਚੰਗੀ ਤਰ੍ਹਾਂ ਮਿਕਸ ਹੋ ਜਾਣ, ਅਤੇ ਜਿਹੜਾ ਇਹਦਾ ਟੇਸਟ ਆ ਆਪਾਂ ਨੂੰ ਵਧੀਆ ਲੱਗੇ ਬਾਅਦ ਵਿੱਚ। ਸਾਡਾ ਜਿਹੜਾ ਮਿਕਸਰ ਬਣ ਕੇ ਤਿਆਰ ਹੋ ਚੁੱਕਾ ਵਾ, ਅਤੇ ਜਿਹੜਾ ਤੇਲ ਆ ਤੇਲ ਵੀ ਬਿਲਕੁਲ ਤੱਤਾ ਹੋ ਗਿਆ ਵਾ। ਅਤੇ ਆਪਾਂ ਜਿਹੜੇ ਪਕੌੜੇ ਹੁਣ ਕੱਢਣ ਲਈ ਪੂਰੇ ਰੈਡੀ ਹਾਂ। ਅਤੇ ਲਾਗੇ ਇੱਕ ਪਲੇਟ ਦੇ ਵਿੱਚ ਆਪਾਂ ਜਿਹੜੇ ਟਿਸ਼ੂ ਪੇਪਰ ਵਿਛਾ ਲਏ ਆ ਪਲੇਟ ਦੇ ਵਿੱਚ, ਇਹਦੇ ਵਿੱਚ ਆਪਾਂ ਪਕੌੜੇ ਰੱਖਾਂਗੇ ਕੱਢ ਕੇ। ਇਹ ਤਾਂ ਵਿਛਾਏ ਤਾਂ ਕਿ ਜਿਹੜਾ ਤੇਲ ਤੂਲ ਜਿਹੜਾ ਜ਼ਿਆਦਾ ਐਕਸਟਰਾ ਤੇਲ ਲੱਗਾ ਹੁੰਦਾ ਪਕੌੜਿਆਂ ਨੂੰ ਖਿੱਚ ਲੈਂਦੇ ਆ ਜੀ। ਕੰਮ ਹੋ ਗਿਆ ਸਟਾਰਟ ਪਕੌੜਿਆਂ ਦਾ ਜੀ। ਇਸ ਤਰ੍ਹਾਂ ਪੋਲੇ ਪੋਲੇ ਪਕੌੜੇ ਲਾਗੇ ਲਾਗੇ ਕਰਕੇ ਰੱਖੀ ਜਾਣੇ ਤਾਂ ਕਿ ਜਿਹੜੀ ਛਿੱਟ ਨਾ ਪਵੇ, ਕਿਉਂਕਿ ਦੂਰੋਂ ਜਦੋਂ ਕਰਕੇ ਛੱਡੋਗੇ ਤਾਂ ਤੇਲ ਬੁੜਕ ਕੇ ਤਾਂ ਉਹਨੂੰ ਆਪਣੇ ਹੱਥ 'ਤੇ ਵੀ ਪੈ ਸਕਦਾ, ਫੇਸ 'ਤੇ ਵੀ ਪੈ ਸਕਦਾ ਵਾ। ਇਸ ਕਰਕੇ ਘਬਰਾਉਣ ਦੀ ਲੋੜ ਨਹੀਂ। ਇਹ ਗਰਮ ਪੂਰਾ ਹੁੰਦਾ ਵਾ ਪਰ ਹੌਲੀ ਥੱਲੇ ਕਰਕੇ ਰੱਖੋ ਪਕੌੜੇ ਨੂੰ। ਪਕੌੜੇ ਕੱਚੇ ਰੱਖ ਕੇ ਵੀ ਦੂਰੀ ਵਾਰਾਂ ਵੀ ਕੱਢ ਸਕਦੇ ਹਾਂ, ਜਿੱਦਾਂ ਕਿ ਹਲਵਾਈ ਕਰਦੇ ਆਪਾਂ ਕਹਿੰਦੇ ਹਾਂ ਕਿ ਵਿਆਹਾਂ ਸ਼ਾਦੀਆਂ ਦੇ ਜੋ ਪਕੌੜੇ ਜਿਹੜੇ ਟੇਸਟੀ ਬੜੇ ਆਪਾਂ ਲੱਗਦੇ, ਉਹ ਪਹਿਲਾਂ ਕੱਚੇ ਕਰਕੇ ਰੱਖ ਲੈਂਦੇ ਆ, ਦੁਬਾਰਾ ਫਿਰ ਉਹਨਾਂ ਨੂੰ ਪਕਾ ਲੈਂਦੇ ਆ। ਪਰ ਆਪਾਂ ਇੱਦਾਂ ਨਹੀਂ ਕਰਨਾ, ਕਿਉਂਕਿ ਭੁੱਖ ਬੜੀ ਲੱਗੀ ਆ ਅਤੇ ਜੀ ਬੜਾ ਕਰ ਲਿਆ ਪਕੌੜਿਆਂ ਨੂੰ, ਆਪਾਂ ਇੱਕੇ ਰਾਹੀਂ ਪਕਾ ਕੇ ਸਿੱਧੀ ਖਾਣ ਦੀ ਕਰਨੀ ਆ। ਮੁੰਡੇ ਆਪਣੇ ਵੇਟ ਕਰਨ ਡੇ ਪਕੌੜਿਆਂ ਨੂੰ। ਪਕੌੜੇ ਆਪਣੇ ਬਣ ਕੇ ਹੋ ਚੁੱਕੇ ਆ ਜੀ ਤਿਆਰ ਵਧੀਆ। ਹੁਣ ਆਪਾਂ ਇਹਨਾਂ ਨੂੰ ਬਾਹਰ ਕੱਢਾਂਗੇ। ਇੱਕ ਪੂਰਾ ਜਿਹੜਾ ਆਪਣਾ ਰੈਡੀ ਹੋ ਚੁੱਕਾ ਹੈ। ਹੁਣ ਖਾਣ ਦਾ ਆਊਗਾ ਨਜ਼ਾਰਾ। ਮੂੰਹ ਜਾ ਰਿਹਾ ਹੈ ਪਾਣੀ, ਅਤੇ ਬੜਾ ਵਧੀਆ ਹੋ ਗਿਆ ਕੰਮ। ਇਸ ਤੋਂ ਬਾਅਦ ਆਪਾਂ ਅਗਲੇ ਫਿਰ ਸਹਿਜੇ ਸਹਿਜੇ ਪਕੌੜੇ ਹੌਲੀ ਹੌਲੀ ਆਪਾਂ ਵਿੱਚ ਰੱਖਾਂਗੇ, ਜਿਹੜਾ ਕਿ ਆਪਣੇ ਹੱਥਾਂ ਦੇ ਤੇਲ ਦੀਆਂ ਛਿੱਟਾਂ ਵੀ ਨਾ ਪੈਣ ਅਤੇ ਵਧੀਆ ਕੰਮ ਜਿਹੜਾ ਚੱਲੀ ਜਾਵੇ। ਕੋਈ ਵੀ ਕੰਮ ਆ ਬੰਦਾ ਸਹਿਜੇ ਸਹਿਜੇ ਸਿੱਖ ਹੀ ਲੈਂਦਾ। ਹੁਣ ਆਪਾਂ ਜੇ ਇਸ ਕੰਮ 'ਚ ਪੈ ਗਏ ਹਾਂ, ਇਹ ਵੀ ਆਪਾਂ ਕਰਕੇ ਹੀ ਛੱਡਣਾ। ਬਹੁਤ ਟੇਸਟੀ ਬਣਨਗੇ, ਬਹੁਤ ਟੇਸਟੀ, ਮੈਨੂੰ ਪੂਰੀ ਉਮੀਦ ਆ ਕਿ ਬੜੇ ਟੇਸਟੀ ਬਣਨਗੇ। ਸਫਾਈ ਦਾ ਬਹੁਤ ਧਿਆਨ ਰੱਖਦਾ, ਝਾੜੂ ਫੇਰਨਾ ਸ਼ੁਰੂ ਕਰਤਾ ਸਰਗੁਣ ਨੇ। ਵੈਰੀ ਗੁੱਡ, ਵੈਰੀ ਗੁੱਡ, ਵੈਰੀ ਗੁੱਡ। ਲਓ ਜੀ ਪਕੌੜੇ ਬਣ ਕੇ ਹੋ ਗਏ ਤਿਆਰ। ਹੁਣ ਪਕੌੜੇ ਬਹਿ ਕੇ ਖਾਵਾਂਗੇ ਸਾਰਾ ਪਰਿਵਾਰ ਸਹਿਜੇ ਸਹਿਜੇ। ਅਤੇ ਅਸੀਂ ਤੁਹਾਨੂੰ ਸਾਰਿਆਂ ਨੂੰ ਇਹੋ ਕਹਿਣਾ ਚਾਹੁੰਦੇ ਹਾਂ ਕਿ ਮੌਸਮ ਵਧੀਆ ਵਾ, ਸਾਰੇ ਜਾਣੇ ਘਰ ਬਹਿ ਕੇ ਪਕੌੜੇ ਬਣਾ ਕੇ ਅਤੇ ਖਾਓ, ਅਤੇ ਘਰਾਂ ਦੇ ਵਿੱਚ ਰਹੋ, ਘਰੋਂ ਬਾਹਰ ਨਾ ਨਿਕਲੋ। ਪੁਲਿਸ ਦੇ ਡੰਡੇ ਖਾਣ ਨਾਲੋਂ ਚੰਗਾ ਘਰ ਬਹਿ ਕੇ ਪਕੌੜੇ ਖਾਓ। ਅਤੇ ਆਪਦਾ ਖਿਆਲ ਰੱਖੋ, ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ, ਸ਼ੇਅਰ ਕਰੋ ਅਤੇ ਵੱਧ ਤੋਂ ਵੱਧ ਲਾਈਕ ਕਰੋ। ਅਸੀਂ ਤੁਹਾਡੇ ਲਈ ਨਵੀਂ ਨਵੀਂ ਵੀਡੀਓ ਲੈ ਕੇ ਆਉਂਦੇ ਜੀ। ਸਤਿ ਸ਼੍ਰੀ ਅਕਾਲ।